ਕਾਂਗਰਸੀ ਉਮੀਦਵਾਰ ਰਵਨੀਤ ਸਿੰਘ ਬਿੱਟੂ ਵੱਲੋਂ ਲੋਕ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਉਤਸ਼ਾਹਿਤ ਕਾਂਗਰਸੀਆਂ ਵੱਲੋਂ ਅਬਦੁੱਲਾਪੁਰ ਬਸਤੀ ਵਿਖੇ ਲੱਡੂ ਵੰਡ ਕੇ ਅਤੇ ਢੋਲ ਦੀ ਥਾਪ ਤੇ ਭੰਗੜਾ ਪਾ ਕੇ ਜਸ਼ਨ ਮਨਾਇਆ ਗਿਆ। ਕਾਂਗਰਸੀ ਵਰਕਰਾਂ ਨੇ ਕਿਹਾ ਕਿ ਬਿੱਟੂ ਦੀ ਜਿੱਤ ਸਾਰਿਆਂ ਦੀ ਜਿੱਤ ਹੈ, ਜਿਸ ਨਾਲ ਪਾਰਟੀ ਵਰਕਰਾਂ ਵਿੱਚ ਭਾਰੀ ਉਤਸ਼ਾਹ ਹੈ। ਅੱਜ ਮੈਂ ਲੁਧਿਆਣੇ ਦੇ ਲੋਕਾਂ ਨੂੰ, ਲੁਧਿਆਣੇ ਦੇ ਨੌਜਵਾਨ ਨੂੰ, ਲੁਧਿਆਣੇ ਦੀਆਂ ਮਾਤਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਉਹਨਾਂ ਨੂੰ ਮੁਬਾਰਕਬਾਦ ਕਰਦਾ ਅਤੇ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਇੱਕ ਵੋਟ ਪਾ ਕੇ ਰਮਨੀਤ ਬਿੱਟੂ ਜੀ ਨੂੰ ਜਿਤਾਇਆ। ਜੋ ਲੁਧਿਆਣੇ ਦਾ ਨਾਰਾ ਸੀ ਇੱਕ ਵਾਰ ਫਿਰ ਬਿੱਟੂ, ਉਹ ਲੋਕਾਂ ਨੇ ਸਾਬਤ ਕਰ ਦਿਖਾਇਆ। ਮੈਂ ਅੱਜ ਜਿੱਥੇ ਮੁਬਾਰਕਬਾਦ ਦਿੰਦਾ, ਉੱਥੇ ਮੈਂ ਸਮਝਦਾ ਲੁਧਿਆਣੇ ਦੇ ਲੋਕ ਇਹ ਜਾਣਦੇ ਸਨ ਵੀ ਰਵਨੀਤ ਬਿੱਟੂ ਜੀ ਕਿਹਨਾਂ ਦੇ ਪੁੱਤੇ ਸਨ, ਜਿਨ੍ਹਾਂ ਨੇ ਪੰਜਾਬ ਨੂੰ ਅਮਨ ਅਤੇ ਸ਼ਾਂਤੀ ਦੇ ਲਈ ਖੂਨ ਦਾ ਇੱਕ ਇੱਕ ਕਤਰਾ ਪੰਜਾਬ ਨੂੰ ਦਿੱਤਾ। ਅੱਜ ਉਹਦਾ ਮੁੱਲ ਮੋੜਿਆ ਲੋਕਾਂ ਨੇ। ਦੂਜੀ ਵਾਰ ਰਮਨੀਤ ਬਿੱਟੂ ਜੀ ਨੂੰ ਇੰਨੇ ਬਹੁਮਤ ਨਾਲ ਜਿਤਾ ਕੇ, ਕਿਉਂਕਿ ਬੜੀਆਂ ਗੱਲਾਂ ਕਰਦੇ ਸਨ ਜਿਹੜੇ ਇੱਥੇ ਦੋ MLA ਤੁਰੇ ਫਿਰਦੇ ਸੀ ਵੀ ਰਵਨੀਤ ਬਿੱਟੂ ਜੀ ਨਹੀਂ ਜਿੱਤਣਗੇ। ਅੱਜ ਲੋਕਾਂ ਨੇ, ਲੁਧਿਆਣੇ ਦੇ ਲੋਕਾਂ ਨੇ ਕਰ ਦਿਖਾਇਆ, ਜਿਤਾਤਾ। ਮੈਂ ਪੰਜਾਬ ਦੇ ਨਹੀਂ, ਲੁਧਿਆਣੇ ਦੇ ਇੱਕ ਇੱਕ ਵੋਟਰ ਦਾ ਧੰਨਵਾਦ ਕਰਦਾ, ਮੇਰੀਆਂ ਮਾਤਾਵਾਂ, ਭੈਣਾਂ, ਬਜ਼ੁਰਗ, ਨੌਜਵਾਨਾਂ ਦਾ, ਜਿਨ੍ਹਾਂ ਨੇ ਰਵਨੀਤ ਬਿੱਟੂ ਨੂੰ ਇੱਕ ਵਾਰ ਫਿਰ ਨਾਰੇ ਦੇ ਨਾਲ ਜਿਤਾਇਆ, ਇੱਕ ਵਾਰ ਫਿਰ ਬਿੱਟੂ। ਬਿਊਰੋ ਰਿਪੋਰਟ, ਲੁਧਿਆਣਾ ਵਿਊ।